कैप्टन सरकार नूं असीं बेनती करदे हां, जिहड़ी तुसीं घर घर नौकरी देण दा इक वादा कीता सीगा ਉਹ ਤਾਂ ਤੁਹਾਡੇ ਤੋਂ ਪਤਾ ਨਹੀਂ ਦੇ ਹੋਈ ਨਹੀਂ ਸਰ। ਪਰ ਜਿਹੜੇ ਸਾਡੇ ਘਰ ਦੀਆਂ ਨੌਕਰੀਆਂ ਸੀ, ਜਿਹੜੇ ਸਾਡੇ ਘਰ ਦੇ ਕੰਮ ਸੀਗੇ, ਬਿਜ਼ਨਸ ਸੀ ਜਿਹੜੇ ਅਸੀਂ ਆਪਣੇ ਪੈਸੇ ਲਾਏ ਗਏ ਸੀਗੇ, ਤੁਸੀਂ ਤਾਂ ਉਹ ਵੀ ਖੋਲ੍ਹੇ ਸਾਡੇ ਤੋਂ। ਪਰ ਕੋਈ ਸਰਕਾਰ ਸਾਡਾ ਜਿੱਦਾਂ ਘਰ ਦੇ ਸਾਡੇ ਖਰਚੇ ਹੈ, ਜਿੰਮਾਂ ਦੇ ਰੈਂਟ, ਬਿਜਲੀ ਦੇ ਬਿੱਲ, ਉਹ ਸਾਨੂੰ ਮਾਫ਼ ਕੀਤੇ ਜਾਣ। ਸਾਡੀ ਜਿਹੜੀ ਨੌਜਵਾਨੀ ਹੈ, ਜਿੰਮ ਵਾਲੇ ਜਿੱਥੇ ਅਸੀਂ ਸਟਰੋਂਗ ਹੁੰਦੇ ਜਾਂ ਤਾਕਤਵਰ ਬੰਦੇ ਹਾਂ, ਉਹ ਤੁਸੀਂ ਸਾਡੇ ਤੋਂ ਖੋਹ ਰਹੇ ਹੋ। ਇੱਕ ਤੁਸੀਂ ਅਲਕੋਹਲ ਜਿਹਨੂੰ ਕਿ ਨਸ਼ਾ ਕਹਿੰਦੇ ਆ, ਦਾਰੂ ਦਾ ਕੰਮ ਹੈ, ਤੁਸੀਂ ਦਾਰੂ ਦੇ ਠੇਕੇ ਰਾਤੀ 12 ਵਜੇ ਤੱਕ ਵੀ ਖੁੱਲ੍ਹਦੇ ਹੋਏ ਆ, ਮੋਰੀਆਂ 'ਚ ਦਾਰੂ ਲੈ ਰਹੇ ਆ, ਉੱਥੇ ਕੋਈ ਕਰੋਨਾ ਨਹੀਂ ਹੈਗਾ। ਸਾਡੇ ਜਿਹੜੇ ਜਿੰਮ ਹੈ ਉਹ ਦੂਜੇ ਕੰਮਾਂ ਵਾਂਗੂ ਸਾਡੇ ਵੀ ਕੋਈ ਕੰਮ ਕਾਰ ਜਿਹੜੇ ਖੋਲ੍ਹੇ ਜਾਣ, ਜਿੱਦਾਂ 12 ਵਜੇ ਤੱਕ ਲੋਕਾਂ ਨੂੰ ਟਾਈਮ ਦਿੱਤਾ ਹੈ, ਅਸੀਂ ਸਾਨੂੰ ਜਿੰਮ ਵਾਲਿਆਂ ਨੂੰ ਵੀ ਉਹਨਾਂ ਕੋਲ ਟਾਈਮ ਦਿੱਤਾ ਜਾਵੇ। ਤੁਸੀਂ ਦੇਖੋ ਨਿਗਾਹ ਮਾਰੋ, ਸਾਰਾ ਏਰੀਆ ਖੁੱਲ੍ਹਿਆ ਪਿਆ ਸਮਰਾਲਾ 'ਚੋਂ, ਕਿੱਦਾਂ ਰਸ਼ ਹੈ। ਸਿਰਫ ਇੱਕ ਇਕੱਲੇ ਜਿੰਮ ਵਾਲਿਆਂ ਦਾ ਜਿਹੜਾ ਕੰਮ ਹੈ ਉਹ ਇਕੱਲਾ ਬੰਦ ਕੀਤਾ ਹੋਇਆ। ਕੋਰੋਨਾ ਵਾਇਰਸ ਦੇ ਵਧਦੇ ਹੋਏ ਪ੍ਰਕੋਪ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਜਿਮ, ਸਿਨੇਮਾ ਘਰ, ਸਵਿਮਿੰਗ ਪੂਲ ਆਦਿ ਨੂੰ ਬੰਦ ਰੱਖਣ ਨੂੰ ਕਿਹਾ ਗਿਆ ਸੀ। ਪਰ ਕਾਫੀ ਸਮੇਂ ਤੋਂ ਜਿਮ ਬੰਦ ਹੋਣ ਕਰਕੇ ਲੋਕਾਂ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ, ਜਿਸ ਦੇ ਚੱਲਦੇ ਅੱਜ ਮਾਲਕਾਂ ਵੱਲੋਂ ਲੁਧਿਆਣਾ ਦੇ ਸਮਰਾਲਾ ਚੌਂਕ ਵਿਖੇ ਇੱਕ ਪ੍ਰਦਰਸ਼ਨ ਕੀਤਾ ਗਿਆ, ਜਿਸ ਦੇ ਚੱਲਦੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ, ਜਾਂ ਤਾਂ ਜਿਮ ਖੋਲ੍ਹ ਦਿਓ ਜਾਂ ਤਾਂ ਉਹਨਾਂ ਨੂੰ ਕੋਈ ਵਿੱਤੀ ਪੈਕੇਜ ਦਿੱਤਾ ਜਾਵੇ ਜਿਸ ਕਰਕੇ ਉਹ ਆਪਣਾ ਜੀਵਨ ਨਿਰਵਾਹ ਕਰ ਸਕਣ। ਸਰ, ਅਸੀਂ ਅੱਜ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਇੱਕ ਜਿੰਮ ਵਾਸਤੇ ਕਰ ਰਹੇ, ਜਿੰਮ ਏਕਤਾ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਅਸੀਂ ਸਾਰੇ ਜਿੰਮ ਓਨਰ ਜਿਹੜੇ ਅੱਜ ਇਕੱਠੇ ਹੋਏ ਆ, ਸਰਕਾਰ ਤੋਂ ਇੱਕ ਮੰਗ ਕੀਤੀ ਹੈ ਕਿ ਸਾਡੇ ਜਿਹੜੇ ਜਿੰਮ ਹੈ ਉਹ ਦੂਜੇ ਕੰਮਾਂ ਵਾਂਗੂ ਸਾਡੇ ਵੀ ਕੋਈ ਕੰਮ ਕਾਰ ਜਿਹੜੇ ਖੋਲ੍ਹੇ ਜਾਣ, ਜਿੱਦਾਂ 12 ਵਜੇ ਤੱਕ ਲੋਕਾਂ ਨੂੰ ਟਾਈਮ ਦਿੱਤਾ ਹੈ, ਅਸੀਂ ਸਾਨੂੰ ਜਿੰਮ ਵਾਲਿਆਂ ਨੂੰ ਵੀ ਉਹਨਾਂ ਕੋਲ ਟਾਈਮ ਦਿੱਤਾ ਜਾਵੇ। ਤੁਸੀਂ ਦੇਖੋ ਨਿਗਾਹ ਮਾਰੋ, ਸਾਰਾ ਏਰੀਆ ਖੁੱਲ੍ਹਿਆ ਪਿਆ ਸਮਰਾਲਾ 'ਚੋਂ, ਕਿੱਦਾਂ ਰਸ਼ ਹੈ। ਸਿਰਫ ਇੱਕ ਇਕੱਲੇ ਜਿੰਮ ਵਾਲਿਆਂ ਦਾ ਜਿਹੜਾ ਕੰਮ ਹੈ ਉਹ ਇਕੱਲਾ ਬੰਦ ਕੀਤਾ ਹੋਇਆ। ਪਹਿਲਾਂ ਵੀ ਜਿੰਮ ਜਿਹੜੇ ਨੇ 5 ਮਹੀਨੇ ਬੰਦ ਰਹੇ ਨੇ, ਹੁਣ ਫਿਰ ਜਿੰਮ ਬੰਦ ਨੇ। ਸਰ, ਅਸੀਂ ਜਿੰਮ ਸਰਕਾਰ ਦੇ ਨਾਲ ਬਿਲਕੁਲ ਐਗਰੀ ਹਾਂ, ਚੱਲਣ ਨੂੰ ਵੀ ਤਿਆਰ ਹੈ। ਸਰਕਾਰ ਸਾਡੇ ਵਾਸਤੇ ਕੋਈ ਇੱਦਾਂ ਦਾ ਪੈਕੇਜ ਰਿਲੀਜ਼ ਕਰ ਦੇਵੇ, 5 ਮਹੀਨੇ ਦੁਬਾਰਾ ਬੰਦ ਕਰ ਲਵੇ, ਪਰ ਕੋਈ ਸਰਕਾਰ ਸਾਡਾ ਜਿੱਦਾਂ ਘਰ ਦੇ ਸਾਡੇ ਖਰਚੇ ਹੈ, ਜਿੰਮਾਂ ਦੇ ਰੈਂਟ, ਬਿਜਲੀ ਦੇ ਬਿੱਲ, ਉਹ ਸਾਨੂੰ ਮਾਫ਼ ਕੀਤੇ ਜਾਣ। ਸਰਕਾਰ ਕੋਈ ਪੈਕੇਜ ਰਿਲੀਜ਼ ਕੀਤਾ ਜਾਵੇ, ਉਹ ਸਾਨੂੰ ਦੇ ਦੇਵੇ। ਕੈਪਟਨ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ, ਜਿਹੜੀ ਤੁਸੀਂ ਘਰ ਘਰ ਨੌਕਰੀ ਦੇਣ ਦਾ ਇੱਕ ਵਾਅਦਾ ਕੀਤਾ ਸੀਗਾ, ਉਹ ਤਾਂ ਤੁਹਾਡੇ ਤੋਂ ਪਤਾ ਨਹੀਂ ਦੇ ਹੋਈ ਨਹੀਂ ਸਰ। ਪਰ ਜਿਹੜੇ ਸਾਡੇ ਘਰ ਦੀਆਂ ਨੌਕਰੀਆਂ ਸੀ, ਜਿਹੜੇ ਸਾਡੇ ਘਰ ਦੇ ਕੰਮ ਸੀਗੇ, ਬਿਜ਼ਨਸ ਸੀ ਜਿਹੜੇ ਅਸੀਂ ਆਪਣੇ ਪੈਸੇ ਲਾਏ ਗਏ ਸੀਗੇ, ਤੁਸੀਂ ਤਾਂ ਉਹ ਵੀ ਖੋਲ੍ਹੇ ਸਾਡੇ ਤੋਂ। ਇਹਦਾ ਮਤਲਬ ਹੈ ਤੁਸੀਂ ਸਾਡੀ ਜਿਹੜੀ ਨੌਜਵਾਨੀ ਹੈ, ਜਿੰਮ ਵਾਲੇ ਜਿੱਥੇ ਅਸੀਂ ਸਟਰੋਂਗ ਹੁੰਦੇ ਜਾਂ ਤਾਕਤਵਰ ਬੰਦੇ ਹਾਂ, ਉਹ ਤੁਸੀਂ ਸਾਡੇ ਤੋਂ ਖੋਹ ਰਹੇ ਹੋ। ਇੱਕ ਤੁਸੀਂ ਅਲਕੋਹਲ ਜਿਹਨੂੰ ਕਿ ਨਸ਼ਾ ਕਹਿੰਦੇ ਆ, ਦਾਰੂ ਦਾ ਕੰਮ ਹੈ, ਤੁਸੀਂ ਦਾਰੂ ਦੇ ਠੇਕੇ ਰਾਤੀ 12 ਵਜੇ ਤੱਕ ਵੀ ਖੁੱਲ੍ਹਦੇ ਹੋਏ ਆ, ਮੋਰੀਆਂ 'ਚ ਦਾਰੂ ਲੈ ਰਹੇ ਆ, ਉੱਥੇ ਕੋਈ ਕਰੋਨਾ ਨਹੀਂ ਹੈਗਾ। ਸਰਕਾਰ ਨੂੰ ਅਸੀਂ ਬੇਨਤੀ ਕਰਦੇ ਜਿਹੜੇ ਸਾਡੇ ਕੰਮ ਹੈ ਜਾਂ ਰਿਲੀਫ ਦਿੱਤੀ ਜਾਵੇ ਜਾਂ ਸਾਡੇ ਕੰਮ 12 ਵਜੇ ਤੱਕ ਖੁੱਲ੍ਹੇ ਜਾਣ। ਜੇ ਸਰਕਾਰ ਤੁਹਾਨੂੰ ਖੁੱਲ੍ਹਣ ਦੀ ਇਜਾਜ਼ਤ ਦਿੰਦੀ ਹੈ ਤਾਂ ਕਿਸ ਤਰ੍ਹਾਂ ਪ੍ਰਿਕੋਸ਼ਨ ਰੱਖੋਗੇ? ਅਸੀਂ ਸਰ ਬਿਲਕੁਲ ਨਾਲ ਚੱਲਾਂਗੇ। ਦੇਖੋ, ਅਜੇ ਤੱਕ ਇੱਕ ਵੀ ਪੇਸ਼ੈਂਟ ਸਾਡੇ ਜਿੰਮ ਦੇ ਵਿੱਚੋਂ ਕਰੋਨਾ ਦਾ ਨਹੀਂ ਨਿਕਲਿਆ ਹੈਗਾ। ਉਹ ਕਿਉਂ ਨਹੀਂ ਨਿਕਲਿਆ? ਅਸੀਂ ਕੇਅਰ ਕਰਦੇ ਹਾਂ ਬੱਚਿਆਂ ਦੀ, ਸਾਡਾ ਪਰਿਵਾਰ ਹੈ, ਅਸੀਂ ਵੀ ਉੱਥੇ ਰਹਿੰਦੇ ਹਾਂ, ਅਸੀਂ ਜਿੰਮ ਦੇ ਵਿੱਚੋਂ ਜਿੰਮ ਉਹਨਾਂ ਨੂੰ ਲਵਾ ਕੇ ਅਸੀਂ ਵੀ ਆਪਣੀ ਫੈਮਿਲੀ ਦੇ ਨਾਲ ਜਾਣਾ, ਘਰ ਜਾਣਾ। ਇਸ ਕਰਕੇ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਕੇਅਰ ਕਰਾਂਗੇ, ਬੱਚਿਆਂ ਦੀ ਵੀ ਅਤੇ ਆਪਣੇ ਪਰਿਵਾਰ ਦੀ ਵੀ ਅਤੇ ਆਪਣੀ ਵੀ ਅਤੇ ਪੂਰੀ ਸਰਕਾਰ ਦੀ ਅਤੇ ਪੂਰੇ ਆਵਾਮ ਦੀ ਅਸੀਂ ਕੇਅਰ ਕਰਾਂਗੇ ਇਹਦੇ ਵਿੱਚ। ਹਾਂਜੀ, ਕੀ ਕਹਿਣ ਨਾਲ ਜੀ ਪ੍ਰੋਟੈਸਟ ਕੀਤਾ ਜਾ ਰਿਹਾ? ਪ੍ਰੋਟੈਸਟ ਕਰਨ ਕੀਤਾ ਜਾ ਰਿਹਾ ਜੀ, ਜਿੱਦਾਂ ਸਾਡੇ ਚਲੋ ਜਿੰਮ ਨਹੀਂ ਖੁੱਲ੍ਹਦੇ, ਠੀਕ ਹੈ ਜੀ, ਬਾਕੀ ਸਾਰੇ ਕੰਮ ਖੁੱਲ੍ਹੇ ਆ, ਹੋਟਲ ਹੋ ਗਏ ਸਾਰੇ ਬੰਦ ਹੈ, ਠੀਕ ਹੈ ਜੀ। ਸਾਡੇ ਜਿੰਮ ਬੰਦ ਹੈ, ਜਿੰਮਾਂ ਦੇ ਰੈਂਟ ਹੈ, ਬਿਜਲੀ ਦੇ ਬਿੱਲ ਹੈ, ਜਿਹੜੇ ਟ੍ਰੇਨਰ ਸਾਡੇ ਨਾਲ ਸੀਗੇ ਉਹ ਵਿਚਾਰੇ ਬਿਨਾਂ ਕੰਮ ਦੇ ਬੇਕਾਰ ਹੋ ਗਏ। ਉਹ ਕੀ ਮੰਗ ਕਰਦੇ ਹਾਂ? ਅਸੀਂ ਮੰਗ ਇਹੀ ਕਰਦੇ ਹਾਂ, ਜਾਂ ਸਾਨੂੰ ਕੋਈ ਪੈਕੇਜ ਰਿਲੀਫ ਕੀਤਾ ਜਾਵੇ ਅਤੇ ਜਿੰਮ ਅਸੀਂ ਸਰਕਾਰ ਦੇ ਨਾਲ ਹਾਂ। ਕਿੰਨਾ ਕਿਰਾਇਆ ਸੀ ਜਿੰਮ ਦਾ? ਜਿੰਮ ਦਾ ਕਿਰਾਇਆ 12-12 ਹਜ਼ਾਰ ਰੁਪਏ ਕਿਰਾਇਆ ਹੈ, ਫਿਰ ਬਿਜਲੀ ਦਾ ਬਿੱਲ ਹੈ, ਔਰ ਆਪਣੇ ਟ੍ਰੇਨਰ ਜਿਹੜਾ ਇੱਕ ਦੋ ਮੁੰਡਾ ਰੱਖਿਆ ਉਹਨਾਂ ਦੇ ਉਹ ਖਰਚੇ ਹੈ, ਸਾਰੇ ਪੂਰੇ ਪੈ ਰਹੇ ਹੋ। ਕਿੱਥੋਂ ਪੈਸੇ ਕੱਢ ਰਹੇ ਹੋ? ਜਿੱਦਾਂ ਬੱਚਿਆਂ ਦੇ ਖਰਚੇ, ਘਰ ਦੇ ਖਰਚੇ ਕਿੱਥੋਂ ਆ ਰਹੇ ਨੇ? ਜਦੋਂ ਵੀ ਨਹੀਂ ਆ ਰਹੇ, ਅਸੀਂ ਤਾਂ ਬੇਘਰ ਹੋ ਗਏ। ਜਦੋਂ ਕਿਰਾਇਆ ਭਾੜਾ ਜਿਹਦੇ ਕੋਲ ਰੈਂਟ 'ਤੇ ਲਿਆ ਹੋਇਆ ਜਿਹੜਾ ਲੈਂਡਲੋਰਡ ਹੈ, ਉਹ ਕਿਰਾਇਆ ਥੋੜ੍ਹਾ ਮਾਫ਼ ਕਰ ਦੂਗਾ, ਹੁਣ ਕੁਛ ਨਹੀਂ ਮਾਫ਼ ਕਰਨਾ। ਬਿਜਲੀ ਵਾਲੇ ਬਿਜਲੀ ਦਾ ਬਿੱਲ ਵੀ ਨਹੀਂ ਮਾਫ਼ ਕਰਦੀ ਸਰਕਾਰ, ਸਾਰੇ ਰੋਡ 'ਤੇ ਆ ਗਏ ਆ। ਸਾਨੂੰ ਸਹੀ ਰਾਹ ਪਾਉਣਾ, ਨਸ਼ਿਆਂ ਨੂੰ ਕੱਢ ਕੇ ਬਸ ਲੋਕਾਂ ਸਿਰਫੇ ਕਿੱਥੇ ਰੋਲਦੇ ਪਏ ਨੇ, ਜਿੰਮ ਸਾਰੇ ਬੰਦ ਕੀਤੇ ਹੋਏ ਨੇ, ਨਾ ਵੀ ਰੁਜ਼ਗਾਰ ਦਿੱਤਾ ਵਾ, ਨਾ ਕੋਈ ਸਮਝ ਸਮਝ ਆ ਰਿਹਾ ਵਾ ਕਰਨਾ ਕੀ ਜ਼ਿੰਦਗੀ ਵਿੱਚ। ਲਾਈਫ ਵੀ ਹੈ, ਵਾਈਫ ਵੀ ਹੈ, ਬੱਚੇ ਵੀ ਨੇ, ਪਰਿਵਾਰ ਵੀ, ਬੰਦਾ ਕੀ ਕਰੇਗਾ? ਕੰਮ ਦੀ ਮੇਨ ਜਿੰਮ ਰਾਹ ਬੰਦ ਕਰਤਾ ਗਿਆ, ਉਹ ਬੰਦਾ ਕਰੇਗੀ ਜਾਂ ਚੋਰੀਆਂ ਕਰੇਗੀ? ਠੱਗੇ ਆਪਣੇ ਚੋਰੀਆਂ ਆਪਣੇ ਆਉਂਦੀ ਨਹੀਂ, ਠੱਗੇ ਬਣੇ ਆਪਣੇ ਆਉਂਦੀ ਨਹੀਂ। ਗੁੱਸਾ ਇਹੀ ਹੈ ਜੀ, ਸਾਡਾ ਕੋਈ ਹੱਲ ਕਰੋ। ਨਮਸਕਾਰ। ਕੀਤਾ ਜਾ ਰਿਹਾ ਸਾਡੇ ਜਿੰਮ ਨਹੀਂ ਖੋਲ੍ਹੇ ਜਾ ਰਹੇ, ਅਸੀਂ ਜਿੰਮਾਂ ਤੋਂ ਅਸੀਂ ਬਹੁਤ ਤੰਗ ਹੋ ਗਏ ਗੌਰਮੈਂਟ ਸਰਕਾਰ ਤੋਂ। ਅਸੀਂ ਹਰ ਸਾਲ ਇਹਨਾਂ ਦੇ ਨਾਲ ਕੰਪਰੋਮਾਈਜ਼ ਕੀਤਾ, ਲਾਸਟ ਈਅਰ ਵੀ ਅਸੀਂ 5 ਮਹੀਨੇ ਜਿੰਮ ਬੰਦ ਰੱਖੇ,
ਪਰ ਸਾਨੂੰ ਸਹੂਲਤਾਂ ਦੇ ਦੇਣ, ਅਸੀਂ ਘਰੇ ਬੈਠਣ ਨੂੰ ਤਿਆਰ ਆ ਆਪਣੇ। ਸਾਨੂੰ ਇਹ ਕਹਿ ਦੇਣ ਸਾਡੇ ਬੱਚਿਆਂ ਦੇ ਸਕੂਲਾਂ ਦੀ ਫੀਸਾਂ ਮਾਫ਼ ਕਰ ਦੇਣ, ਸਾਡੇ ਏਮਸ ਕਰ ਦੇਣ, ਸਾਡੇ ਬਿਜਲੀ ਦੇ ਬਿੱਲ ਮਾਫ਼ ਕਰ ਦੇਣ, ਸਾਡੇ ਲੈਂਡ ਲੋਨ ਨੂੰ ਕਿਰਾਇਆ ਦੇ ਦਿਓ, ਜਾਂ ਨੂੰ ਚੁੱਪ ਕਰਾ ਦਿਓ। ਅਸੀਂ 50-50 ਹਜ਼ਾਰ ਰੁਪਏ ਜਿੰਮ ਦਾ ਕਿਰਾਇਆ ਕਿੱਥੋਂ ਭਰੀਏ? ਸਾਡੇ ਕੋਲ ਇੱਕ ਦਾ ਕੰਮ ਆ, ਅਤੇ ਸਾਡਾ ਉਹ ਵੀ ਕੰਮ ਖੋਲਿਆ, ਅਸੀਂ ਕਿੱਥੇ ਜਾਈਏ, ਕਿੱਥੇ ਮਰੀਜ਼ ਆ ਜਾਈਏ? ਕੀ ਮੰਗ ਕਰਦੇ ਹੋ ਸਰਕਾਰ ਤੋਂ? ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ, ਸਾਨੂੰ ਤੁਸੀਂ, ਅਸੀਂ ਤੁਹਾਡੇ ਹਰ ਗੱਲਾਂ ਮੰਨਣ ਨੂੰ ਤਿਆਰ ਆ, ਸਾਨੂੰ ਵੀ ਬਾਕੀ ਲੋਕਾਂ ਨੂੰ ਇੰਸਟਰਕਸ਼ਨ ਦੇ ਦਿਓ ਵੀ ਤੁਸੀਂ ਇੱਕ ਬੈਚ ਵਿੱਚ 15-20 ਮੁੰਡੇ ਜਾਂ 10 ਮੁੰਡੇ ਵਾ ਸਕਦੇ ਹੋ, ਵੀ ਤੁਸੀਂ 5-12 ਜਿੰਮ ਖੋਲ ਸਕਦੇ ਹੋ। ਸਾਨੂੰ ਕੋਈ